ਸਤਬੀਰ ਔਜਲਾ ਦੇ ਫੈਨਸ ਹੋ ਜਾਂਦੇ ਯਾਰ, ਕਿਉਂਕਿ ਸਤਬੀਰ ਔਜਲਾ ਆਪਣੇ ਫੈਨਸ ਲਈ ਇੱਕ ਬੇਹੱਦ ਖੂਬਸੂਰਤ ਜਿਹਾ ਗੀਤ ਲੈ ਕੇ ਆ ਰਹੇ ਨੇ। ਹਾਲ ਹੀ ਦੇ ਵਿੱਚ ਸਤਬੀਰ ਔਜਲਾ ਨੇ ਆਪਣੇ ਫੈਨਸ ਦੇ ਨਾਲ ਆਪਣੇ ਆਉਣ ਵਾਲੇ ਗੀਤ ਦਾ ਆਫੀਸ਼ੀਅਲ ਪੋਸਟਰ ਸ਼ੇਅਰ ਕੀਤਾ। ਸਤਬੀਰ ਦੇ ਇਸ ਗਾਣੇ ਦਾ ਨਾਮ ਹੈ ਮਾਂ ਵਰਗੀ। ਗਾਣੇ ਦੇ ਟਾਈਟਲ ਤੋਂ ਸਾਫ਼ ਜ਼ਾਹਿਰ ਹੈ ਕਿ ਇਹ ਇੱਕ ਪਿਓ ਪੁੱਤ ਦੇ ਪਿਆਰ ਦੀ ਕਹਾਣੀ ਤੇ ਹੈਗੀ ਹੈ। ਨਾਲ ਹੀ ਨਾਲ ਇਸ ਗਾਣੇ ਦੇ ਵਿੱਚ ਸਤਬੀਰ ਆਪਣੇ ਪਾਰਟਨਰ ਨੂੰ ਇਸ ਕਦਰ ਬਿਆਨ ਕਰ ਰਹੇ ਨੇ ਕਿ ਉਹਨਾਂ ਦਾ ਪਾਰਟਨਰ ਉਹਨਾਂ ਦੀ ਮਾਂ ਵਰਗਾ ਆ। ਵੈਲ, ਇਹ ਗੀਤ ਦਾ ਪੋਸਟਰ ਬੇਹੱਦ ਜ਼ਿਆਦਾ ਖੂਬਸੂਰਤ ਹੈਗਾ। ਪੋਸਟਰ ਦੇ ਵਿੱਚ ਤੁਸੀਂ ਸਤਬੀਰ ਨੂੰ ਦੇਖ ਸਕਦੇ ਹੋ ਤੇ ਸਤਬੀਰ ਦੇ ਨਾਲ ਤੁਹਾਨੂੰ ਜੋਤ ਅਰੋੜਾ ਨਜ਼ਰ ਆ ਰਹੇ ਨੇ। ਵੈਲ, ਇਸ ਪੋਸਟਰ ਦੀ ਬਹੁਤ ਸੋਹਣੀ ਖਾਸ ਗੱਲ ਇਹ ਲੱਗੀ ਹੈ ਕਿ ਇਹ ਪੋਸਟਰ ਜਿੱਥੇ ਜਿੰਨਾ ਸਾਦਗੀ ਨਾਲ ਭਰਿਆ ਹੈ ਉੱਥੇ ਹੀ ਇਸ ਪੋਸਟਰ ਦੇ ਵਿੱਚ ਕਿਤੇ ਵੀ ਅੰਗਰੇਜ਼ੀ ਭਾਸ਼ਾ ਦਾ ਇਸਤੇਮਾਲ ਨਹੀਂ ਕੀਤਾ ਗਿਆ। ਇਸ ਪੋਸਟਰ ਦੇ ਵਿੱਚ ਜਿੰਨੇ ਵੀ ਕ੍ਰੈਡਿਟਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਉਹ ਪੰਜਾਬੀ ਭਾਸ਼ਾ ਦੇ ਵਿੱਚ ਹੀ ਲਿਖੀ ਗਈ ਹੈ। ਵੈਲ, ਤੁਹਾਨੂੰ ਦੱਸ ਦਈਏ ਕਿ ਸਤਬੀਰ ਔਜਲਾ ਨੇ ਜਿੱਥੇ ਇਸ ਗੀਤ ਨੂੰ ਗਾਇਆ ਹੈ ਉੱਥੇ ਹੀ ਇਸ ਨੂੰ ਲਿਖਿਆ ਵੀ ਉਹਨਾਂ ਨੇ ਹੀ ਹੈ। ਇਸ ਦਾ ਸੰਗੀਤ ਕੀਤਾ ਹੈ ਜੈਜ ਡੀ ਨੇ ਤੇ ਇਸ ਦੀ ਖੂਬਸੂਰਤ ਵੀਡੀਓ ਬਣਾਈ ਹੈ ਸਟਾਈਲਿਨਵਰ ਸਿੰਘ ਨੇ। ਵੈਲ, ਇਸ ਗੀਤ ਨੂੰ ਗੀਤ MP3 ਦੇ ਲੇਬਲ ਹੇਠਾਂ ਰਿਲੀਜ਼ ਕਰ ਦਿੱਤਾ ਜਾਵੇਗਾ ਬੇਹੱਦ ਜਲਦੀ। ਤੁਹਾਨੂੰ ਦੱਸ ਦਈਏ ਕਿ ਸਤਬੀਰ ਔਜਲਾ ਇਸ ਗਾਣੇ ਨੂੰ 26 ਜਨਵਰੀ ਨੂੰ ਸ਼ਾਮ 6 ਵਜੇ ਰਿਲੀਜ਼ ਕਰ ਰਹੇ ਨੇ। ਸਤਬੀਰ ਔਜਲਾ ਨੇ ਇਸ ਗਾਣੇ ਦੇ ਪੋਸਟਰ ਨੂੰ ਸ਼ੇਅਰ ਕਰਦਿਆਂ ਲਿਖਿਆ, ਲਓ ਜੀ ਪੇਸ਼ ਆ ਤੁਹਾਡੇ ਲਈ ਨਵੇਂ ਗੀਤ ਮਾਂ ਵਰਗੀ ਦਾ ਪੋਸਟਰ। ਕੱਲ ਨੂੰ ਮਤਲਬ 26 ਜਨਵਰੀ ਨੂੰ ਸ਼ਾਮ 6 ਵਜੇ ਉਮੀਦ ਕਰਦਾ ਤੁਸੀਂ ਪਿਆਰ ਦਓਗੇ। ਵੈਲ, ਇਸ ਪੋਸਟਰ ਦੀ ਜਿੱਥੇ ਸਾਦਗੀ ਨਾਲ ਭਰਿਆ ਹੈਗਾ ਆ ਉੱਥੇ ਹੀ ਪੋਸਟਰ ਹਰ ਪਾਸੋਂ ਅਟਰੈਕਟ ਕਰ ਰਿਹਾ। ਇਸ ਪੋਸਟਰ ਨੂੰ ਦੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਇਹ ਇੱਕ ਸੱਭਿਆਚਾਰਕ ਗੀਤ ਵਰਗਾ ਗੀਤ ਹੋਣ ਵਾਲਾ ਆ ਜਿੱਥੇ ਪੰਜਾਬੀ ਮਾਂ ਬੋਲੀ ਦੇ ਨਾਲ ਨਾਲ ਪੰਜਾਬੀ ਕਲਚਰ ਨੂੰ ਵੀ ਪ੍ਰਮੋਟ ਕੀਤਾ ਜਾ ਰਿਹਾ। ਪੋਸਟਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਤਬੀਰ ਔਜਲਾ ਤੇ ਜੋਤ ਅਰੋੜਾ ਮੰਜੀ ਦੇ ਉੱਪਰ ਬੈਠੇ ਨੇ ਤੇ ਪੀੜ੍ਹੀ ਦੇ ਪਿੱਛੇ ਤੁਸੀਂ ਦਰਵਾਜ਼ਾ ਦੇਖ ਸਕਦੇ ਹੋ। ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਇਸ ਗੀਤ ਦੀ ਵੀਡੀਓ ਵੀ ਬੇਹੱਦ ਜ਼ਿਆਦਾ ਸਿੰਪਲ, ਸੋਬਰ ਤੇ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਕਲਚਰ ਨੂੰ ਪ੍ਰਮੋਟ ਕਰਨ ਵਾਲੀ ਹੋਵੇਗੀ। ਵੈਲ, ਸਤਬੀਰ ਨੇ ਪ੍ਰੀਵੀਅਸਲੀ ਵੀ ਬੇਹੱਦ ਖੂਬਸੂਰਤ ਗੀਤ ਫੈਨਸ ਦੀ ਝੋਲੀ ਪਾਏ। ਸਤਬੀਰ ਔਜਲਾ ਨੂੰ ਹਮੇਸ਼ਾ ਉਹਨਾਂ ਚੁਣਿੰਦਾ ਸਿੰਗਰਸ ਦੇ ਵਿੱਚੋਂ ਗਿਣਿਆ ਜਾਂਦਾ ਹੈ ਜਿਹੜੇ ਕਿ ਆਪਣੇ ਗਾਣਿਆਂ ਦੇ ਵਿੱਚ ਚੰਗੀ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਨੇ ਤੇ ਚੰਗੀ ਗਾਇਕੀ ਸਰੋਤਿਆਂ ਦੀ ਝੋਲੀ ਪਾਉਂਦੇ ਨੇ। ਉਹਨਾਂ ਦੇ ਗੀਤ ਜਿੱਥੇ ਪਿਆਰ ਦੇ ਨਾਲ, ਮੁਹੱਬਤ ਦੇ ਨਾਲ ਭਰੇ ਹੁੰਦੇ ਨੇ ਉੱਥੇ ਹੀ ਚੰਗੇ ਸ਼ਬਦਾਂ ਦਾ ਚਿਹਨ ਜਿਹੜਾ ਹੈ ਉਹ ਸਤਬੀਰ ਔਜਲਾ ਦੁਆਰਾ ਕੀਤਾ ਜਾਂਦਾ ਹੈ। ਵੈਲ, ਜਿੱਥੇ ਤੁਸੀਂ ਸਭ ਨੇ ਉਹਨਾਂ ਦੇ ਆਏ ਗੀਤ ਨੂੰ ਪਿਆਰ ਦਿੱਤਾ ਉੱਥੇ ਹੀ ਉਮੀਦ ਕਰਦੇ ਹਾਂ ਕਿ ਮਾਂ ਵਰਗੀ ਗੀਤ ਵੀ ਤੁਹਾਨੂੰ ਬੇਹੱਦ ਪਸੰਦ ਆਵੇਗਾ। ਜਲਦੀ ਮੁੜ ਕੇ ਹਾਜ਼ਰ ਹੋਣੇ ਇੱਕ ਨਵੀਂ ਅਪਡੇਟ ਦੇ ਨਾਲ। ਤਦ ਤੱਕ ਲਈ ਤੁਹਾਡਾ ਤੇ ਸਾਡਾ ਰੱਬ ਰਾਖਾ ਤੇ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਹੋਰ ਪੰਜਾਬੀ ਇੰਡਸਟਰੀ ਦੀ ਜਾਣਕਾਰੀਆਂ ਹਾਸਲ ਕਰਨ ਦੇ ਲਈ।